ਸਤਿ ਸ਼੍ਰੀ ਅਕਾਲ ਜੀ ਦੋਸਤੋ, ਮੈਂ ਕਮਲ ਸਪਰਾ ਅਤੇ ਆਪਾਂ ਅੱਜ ਦੂਜਾ ਆਪਣਾ ਚੈਨਲ ਦਾ ਜਿਹੜਾ ਦੂਜਾ ਐਪੀਸੋਡ ਤੁਹਾਡੇ ਸਾਹਮਣੇ ਪੇਸ਼ ਕਰਨ ਲਈ ਲੈ ਕੇ ਆਏ ਹਾਂ। ਅਤੇ ਪਹਿਲੇ ਐਪੀਸੋਡ ਨੂੰ ਤੁਸੀਂ ਪਿਆਰ ਦਿੱਤਾ, ਉਹਨਾਂ ਲਈ ਧੰਨਵਾਦ। ਅਤੇ ਅੱਜ ਜਿਹੜਾ ਦੂਜਾ ਐਪੀਸੋਡ ਹੈ ਸਾਡਾ, ਉਹ ਹੈਗਾ ਪੰਜਾਬ ਦੇ ਵਿੱਚ ਜਿੰਨੇ ਵੀ ਆਪਣੇ ਗੁਰਦੁਆਰਾ ਸਾਹਿਬ ਨੇ ਅਤੇ ਉਹਨਾਂ ਦੇ ਵਿੱਚ ਵੱਖ ਵੱਖ ਜਿਹੜੇ ਮੁੱਦੇ ਨੇ ਉਹਦੇ ਵਿੱਚ ਵੀ ਪਾਏ ਜਾਂਦੇ ਨੇ ਕਿ ਉਹਨਾਂ ਦੇ ਵਿੱਚ ਜਿਹੜੀ ਲੋਕਾਂ ਦੀ ਕਈ ਲੋਕਾਂ ਦੀ ਵਿਚਾਰਧਾਰਾ ਜਾਂ ਉੱਥੋਂ ਦੇ ਜਿਹੜੇ ਪਾਠੀ ਸਾਹਿਬਾਨ ਹੁੰਦੇ ਨੇ ਉਹਨਾਂ ਦੀ ਵਿਚਾਰਧਾਰਾ, ਕੀਰਤਨ ਵਾਲੇ ਜਥੇਬੰਦੀਆਂ ਦੀ ਜਾਂ ਉੱਥੋਂ ਦੇ ਜਿਹੜੇ ਪ੍ਰਧਾਨ ਨੇ ਉਹਨਾਂ ਦੀ ਅਲੱਗ ਅਲੱਗ ਤਰ੍ਹਾਂ ਦੀ ਵਿਚਾਰਧਾਰਾ ਨੂੰ ਜਿਵੇਂ ਤਰੀਕੇ ਨਾਲ ਪੇਸ਼ ਕੀਤਾ ਜਾ ਰਿਹਾ, ਉਹਨਾਂ ਬਾਰੇ ਆਪਾਂ ਅੱਜ ਵਿਚਾਰ ਸਾਂਝੇ ਕਰਾਂਗੇ। ਅਤੇ ਸਾਡੇ ਨਾਲ ਨੇ ਚਮਕੌਰ ਸਿੰਘ ਜੀ, ਪਿਛਲੀ ਵੀਡੀਓ ਦੇ ਵਿੱਚ ਵੀ ਆਏ ਸੀਗੇ ਅਤੇ ਇਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਜੋਬ ਕਰਦੇ ਨੇ ਅਤੇ ਇਹਨਾਂ ਨੂੰ ਵੱਖ ਵੱਖ ਗਤੀਵਿਧੀਆਂ ਬਾਰੇ ਪੂਰੀ ਨੌਲੇਜ ਰੱਖਦੇ ਨੇ ਇਹ ਸਿੱਖ ਧਰਮ ਬਾਰੇ। ਅਤੇ ਆਪਾਂ ਅੱਜ ਜਿਹੜਾ ਪਹਿਲਾ ਅੱਜ ਦਾ ਸਵਾਲ ਇਹਨਾਂ ਨੂੰ ਕਰਾਂਗੇ ਕਿ ਪਹਿਲਾ ਸਵਾਲ ਚਮਕੌਰ ਸਿੰਘ ਜੀ ਇਹ ਹੈ ਜੀ, ਜਿਹੜਾ ਗੁਰਦੁਆਰਾ ਸਾਹਿਬ ਦੇ ਵਿੱਚ ਜਦੋਂ ਦੇਗ ਦਿੱਤੀ ਜਾਂਦੀ ਹੈ ਤਾਂ ਕਈ ਜਿਹੜੇ ਲੋਕਾਂ ਦਾ ਮੰਨਣਾ ਹੁੰਦਾ ਕਿ ਇਹ ਕਿਸੇ ਵੱਲੋਂ ਚੜ੍ਹਾਈ ਹੋਈ ਦੇਗ ਹੈ ਅਤੇ ਉਸਨੇ ਆਪਣੇ ਦੁੱਖਾਂ ਨੂੰ ਲੈ ਕੇ ਅਰਦਾਸ ਕੀਤੀ ਹੈ ਅਤੇ ਉਹ ਜਦੋਂ ਅਸੀਂ ਉਹਨਾਂ ਦੇਗ ਖਾਵਾਂਗੇ ਤਾਂ ਉਹਨਾਂ ਦੇ ਜਿਹੜੇ ਦੁੱਖ ਹੈ ਸਾਡੇ ਸਿਰ ਆ ਜਾਣਗੇ। ਤੁਸੀਂ ਇਸ ਬਾਰੇ ਕੀ ਵਿਚਾਰ ਪੇਸ਼ ਕਰੋਗੇ? ਦੇਖੋ, ਪਹਿਲਾਂ ਤਾਂ ਇਹ ਗੱਲ ਹੁੰਦੀ ਹੈ ਕਿਉਂਕਿ ਜਿਹੜੀ ਦੇਗ ਦੀ ਪਰੰਪਰਾ ਹੈ ਧੰਨ ਗੁਰੂ ਨਾਨਕ ਦੇਵ ਜੀ ਨੇ ਸ਼ੁਰੂ ਕੀਤੀ ਹੈ, ਠੀਕ ਹੈ। ਉਹਨਾਂ ਨੇ ਦੇਗ ਦੀ ਇੱਕ ਅਰਦਾਸ ਕਰੀ ਸੀਗੀ ਵੀ ਹਾਂ ਇਹਦੇ ਨਾਲ ਸਾਰੇ ਦੁੱਖ ਖਤਮ ਹੋ ਜਾਂਦੇ ਨੇ। ਸੋ ਇਹ ਜਦੋਂ ਆਪਾਂ ਗੁਰਦੁਆਰਾ ਸਾਹਿਬ ਜਾਂਦੇ ਹਾਂ, ਹਰੇਕ ਕੋਈ ਦੇਗ ਕਰਵਾਉਂਦਾ, ਕਿਸੇ ਨੂੰ ਕੋਈ ਕਾਰਨ ਹੁੰਦਾ, ਕਿਸੇ ਨੂੰ ਕੋਈ ਕਾਰਨ ਹੁੰਦਾ, ਉਹਦਾ ਮਤਲਬ ਇਹ ਨਹੀਂ ਹੁੰਦਾ ਵੀ ਜਿਹੜੀ ਅਰਦਾਸ ਉਹਨੇ ਕਰੀ ਹੈ ਜਿਹੜੇ ਉਹਦੇ ਕਾਰਨ ਨੇ ਉਹ ਆਪਣੇ 'ਤੇ ਆ ਜਾਣਗੇ। ਕਿਉਂਕਿ ਜਿਹੜੀ ਦੇਗ ਪ੍ਰਭੂ ਦੀ ਮਤਲਬ ਪ੍ਰਸ਼ਾਦ ਹੈ, ਉਹਦਾ ਅਰਥ ਇਹ ਹੁੰਦਾ ਪ੍ਰਭੂ ਦੀ ਕਿਰਪਾ। ਪ੍ਰਸ਼ਾਦ ਦਾ ਅਰਥ ਹੁੰਦਾ ਆਪਾਂ ਜਦੋਂ ਗੁਰਦੁਆਰਾ ਸਾਹਿਬ ਜਾਂਦੇ ਹਾਂ, ਪ੍ਰਸ਼ਾਦ ਲੈਂਦੇ ਹਾਂ, ਦੇਗ ਕਰਾਉਂਦੇ ਹਾਂ, ਉਹਦੇ ਉੱਤੇ ਕੋਈ ਭੇਦਭਾਵ ਨਹੀਂ ਰੱਖਣਾ ਚਾਹੀਦਾ। ਜਿਹੜੇ ਬੰਦੇ ਨੇ ਉੱਥੇ ਜਾ ਕੇ ਆਪਣਾ ਸਾਰਾ ਕੁਛ ਅਰਪਣ ਕਰਤਾ, ਅਰਦਾਸ ਕਰਾ ਦੀ ਪ੍ਰਭੂ ਕੋਲ ਜਾ ਕੇ, ਉਹਦੇ ਉੱਤੇ ਬੰਦੇ ਦੇ ਕੀ ਦੁੱਖ ਰਹਿਣੇ ਨੇ। ਅਤੇ ਬਾਕੀ ਰਹੀ ਆਪਣੇ ਦੀ ਗੱਲ, ਆਪਾਂ ਜਾ ਕੇ ਕਹਿੰਦੇ ਵੀ ਮੈਂ ਦੇਗ ਨਹੀਂ ਲੈਣੀ, ਕਿਉਂਕਿ ਇਹਦੇ ਉੱਤੇ ਕਦੇ ਕਿਸੇ ਦੀ ਕੋਈ ਅਰਦਾਸ ਹੁੰਦੀ ਆ, ਕਿਸੇ ਨੇ ਕੋਈ ਅਰਦਾਸ ਕਰਾਈ ਹੁੰਦੀ ਆ, ਆਪਾਂ ਇਹ ਵਿਚਾਰ ਨਹੀਂ ਰੱਖ ਸਕਦੇ। ਕਿਉਂਕਿ ਪ੍ਰਸ਼ਾਦ ਜਿਹੜਾ ਹੁੰਦਾ ਉਹ ਪ੍ਰਭੂ ਦੀ ਕਿਰਪਾ ਹੁੰਦੀ ਆ। ਜੇ ਆਪਾਂ ਇੰਨੀ ਵਿਚਾਰ ਰੱਖਣੇ ਹੁੰਦੇ ਫਿਰ ਆਪਾਂ ਜਾਣੇ ਕੀ ਕਰਨਾ ਉੱਥੇ। ਪ੍ਰਸ਼ਾਦ ਦਾ ਮਤਲਬ ਹੁੰਦਾ ਵੀ ਪ੍ਰਭੂ ਨੇ ਸਾਨੂੰ ਜੋ ਦੇਣਾ ਆਪਾਂ ਹੱਥ ਦੇਖ ਕੇ ਮੰਗਦੇ ਵੀ ਸਾਨੂੰ ਕਿਰਪਾ ਕਰੋ, ਤਾਂ ਉਹ ਦੇਖ ਦਾ ਮਤਲਬ ਹੁੰਦਾ ਵੀ ਪ੍ਰਸ਼ਾਦ ਦੇਣ ਦਾ ਮਤਲਬ ਇਹ ਹੁੰਦਾ ਵੀ ਤੇਰੇ 'ਤੇ ਪ੍ਰਭੂ ਨੇ ਕਿਰਪਾ ਕਰਤੀ। ਬਹੁਤ ਸਹੀ ਗਾ ਤੁਸੀਂ ਚਮਕੌਰ ਸਿੰਘ ਜੀ। ਅਤੇ ਹੁਣ ਆਪਾਂ ਜਿਹੜਾ ਦੂਜਾ ਮਸਲਾ ਜਿਹੜਾ ਅੱਜ ਦਾ ਉਹ ਐਵੇਂ ਆ ਜਾਂਦਾ ਕਿ ਜਦੋਂ ਆਪਾਂ ਗੁਰਦੁਆਰਾ ਸਾਹਿਬ ਜਾਂਦੇ ਹਾਂ ਤਾਂ ਉਸ ਵੇਲੇ ਆਪਾਂ ਕਈ ਜਣੇ ਨੂੰ ਦੇਖਦੇ ਹਾਂ ਕਿ ਕਈ ਲੋਕ ਜਿਹੜੇ ਨੇ ਉਹ ਸਿਰਫ ਬਿਲਕੁਲ ਸਾਦੇ ਕੱਪੜੇ ਪਾ ਕੇ, ਜਾਂ ਪਹਿਲੀ ਗੱਲ ਤਾਂ ਪਹਿਰਾਵਾ ਕਿਸੇ ਦੇ ਕੋਈ ਉਹ ਨਹੀਂ ਹੁੰਦਾ ਹੈਗਾ ਜੀ, ਠੀਕ ਹੈ ਜੀ, ਪਰ ਫਿਰ ਵੀ ਕਈ ਐਵੇਂ ਹੋ ਜਾਂਦਾ ਨੇ ਕਿ ਬਿਲਕੁਲ ਖਰਾਬ ਕੱਪੜੇ ਪਾ ਕੇ ਗੁਰੂ ਸਾਹਿਬ ਦੇ ਦਰਸ਼ਨ ਕਰਨੇ। ਅਤੇ ਮੈਂ ਉਹੀ ਲੋਕਾਂ ਨੂੰ ਜਦੋਂ ਦੇਖਦਾ ਤਾਂ ਕਈ ਉਹੀ ਲੋਕ ਜਿਹੜੇ ਨੇ ਕਈ ਵਾਰੀ ਸੋਹਣੇ ਸੋਹਣੇ ਕੱਪੜੇ ਪਾ ਕੇ ਮੰਤਰੀਆਂ ਕੋਲ ਮਿਲਣ ਜਾਂਦੇ ਨੇ। ਅਤੇ ਤੁਹਾਡੀ ਇਸ ਬਾਰੇ ਕੀ ਵਿਚਾਰਧਾਰਾ ਹੈ ਜੀ? ਅਤੇ ਇੱਕ ਚੀਜ਼ ਹੋਰ ਹੈ ਜੀ ਕਿ ਕਈ ਲੋਕ ਮੈਂ ਦੇਖਦਾ ਜਾਣ ਕੇ ਦਿਖਾਵਾ ਕਰਨ ਲਈ ਗੁਰਦੁਆਰਾ ਸਾਹਿਬ ਆਉਂਦੇ ਨੇ, ਆਪਣੀ ਗੱਡੀਆਂ ਨੂੰ ਸਿੱਧਾ ਹੀ ਗੁਰੂ ਮਹਾਰਾਜ ਦੇ ਜਿਹੜੇ ਉੱਤੇ ਪੋਰਚ ਦੇ ਬਿਲਕੁਲ ਸਾਹਮਣੇ ਖੜ੍ਹੀ ਕਰਨੀ ਅਤੇ ਦਿਖਾਵਾ ਕਰਕੇ ਮਤਲਬ ਐਂਟਰੀ ਕਰਨੀ, ਮੱਥਾ ਟਿਕਣਾ ਦਿਖਾਵਾ ਕਰਕੇ। ਇਸ ਬਾਰੇ ਵੀ ਤੁਸੀਂ ਆਪਣੇ ਵਿਚਾਰ ਪੇਸ਼ ਕਰੋ। ਦੇਖੋ, ਜਿਹੜਾ ਪ੍ਰਾਤਨ ਸਮਾਂ ਹੁੰਦਾ ਸੀਗਾ ਪਹਿਲਾਂ ਜਦੋਂ ਗੁਰਦੁਆਰੇ ਸਾਹਿਬ ਹੁੰਦੇ ਸੀਗੇ, ਜਿਵੇਂ ਨਿਹੰਗ ਸਿੰਘ ਹੁੰਦੇ ਸੀ ਜਾਂ ਆਮ ਸਿੱਖ ਹੁੰਦੇ ਸੀਗੇ, ਉਹ ਸਾਦਾ ਕੱਪੜਾ ਪਾ ਕੇ ਜਾਂਦੇ ਸੀਗੇ, ਆਪਣੇ ਸ਼ਸਤਰ ਵਸਤਰ ਸਜਾ ਕੇ, ਦੁਮਾਲੇ ਸਜਾ ਕੇ ਜਾਂਦੇ ਸੀ। ਕਿਉਂਕਿ ਉਹਨਾਂ ਨੂੰ ਇਹ ਹੁੰਦਾ ਸੀ ਵੀ ਮੈਂ ਆਪਣੇ ਮਾਲਕ ਨੂੰ ਮਿਲਣ ਜਾ ਰਿਹਾ, ਆਪਣੇ ਰੱਬ ਨੂੰ ਮਿਲਣ ਜਾ ਰਿਹਾ। ਉਹਨਾਂ ਨੂੰ ਖੁਸ਼ ਕਰਨ ਵਾਸਤੇ ਜਾਂਦੇ ਸੀ ਵੀ ਪਰਮਾਤਮਾ ਮੈਂ ਤੇਰੇ ਕੋਲ ਹਾਜ਼ਰੀ ਲਵਾਉਣ ਆਇਆ, ਆਪਣਾ ਟਾਈਮ ਕੱਢ ਕੇ।
ਠੀਕ ਹੈ ਵੀ ਇਹ ਹਾਜ਼ਰੀ ਮੇਰੀ ਕਬੂਲ ਕਰੀ। ਅੱਜ ਕੱਲ੍ਹ ਦਾ ਸਮਾਂ ਇਹ ਹੋ ਗਿਆ ਜਿਵੇਂ ਤੁਸੀਂ ਕਿਹਾ ਵੀ ਗੱਡੀਆਂ ਦਿਖਾਉਣ ਜਾਣੇ ਆਪਾਂ ਜਾਂ ਕਈ ਅਸੀਂ ਵੀ ਦੇਖਦੇ ਹਾਂ ਅੱਜ ਕੱਲ੍ਹ ਦਾ ਨਵੀਂ ਯੁੱਗ ਆ ਨਵਾਂ ਜਨਰੇਸ਼ਨ ਆਈ ਹੋਈ ਆ ਕਈ ਜਿੰਨਾ ਛਿੰਨਾ ਪਾ ਕੇ ਜਾਂਦੇ ਨੇ ਚੰਗੇ ਵਧੀਆ ਕੱਪੜੇ ਪਾ ਕੇ ਜਾਂਦੇ ਨੇ ਦਿਖਾਵਾ ਕਰਨ ਜਾਂਦੇ ਨੇ ਕਈ ਗੱਡੀ ਲਿਜਾ ਕੇ ਮੂਹਰੇ ਖੜ੍ਹੇ ਕਰਨ ਲੱਗ ਜਾਂਦੇ ਨੇ ਵੀ ਅਸੀਂ ਇੱਥੇ ਲਾਉਣੀ ਇਹ ਕਰਾਉਣੀ ਹੈ ਆਪਾਂ ਦਿਖਾਵਾ ਕਿਉਂ ਕਰੀਏ ਉਹਨਾਂ ਕੋਲ ਜਾ ਕੇ ਕਿਉਂਕਿ ਦੇਣਾ ਤਾਂ ਆਪਾਂ ਨੂੰ ਪਰਮਾਤਮਾ ਨਹੀਂ ਹੈ ਉਹਨੂੰ ਤਾਂ ਆਪਾਂ ਨੂੰ ਇਹ ਵੀ ਪਤਾ ਹੁੰਦਾ ਵੀ ਉਹਨੇ ਕਿੰਨੇ ਸਵਾਸ ਦੇ ਨੇ ਆਪਾਂ ਨੂੰ ਫਿਰ ਆਪਾਂ ਉਹਨੂੰ ਦਿਖਾਵਾ ਕਿਉਂ ਕਰਦੇ ਹਾਂ। ਇਹ ਜਿਹੜਾ ਸਾਧਪਣਾ ਹੁੰਦਾ ਇਹ ਆਪਾਂ ਨੂੰ ਗੁਰੂ ਘਰ ਜਾ ਕੇ ਵਿੱਚ ਨਿਰਮਤਾ ਨਾਲ ਰਹਿਣਾ ਪੈਂਦਾ ਅਤੇ ਪਰਮਾਤਮਾ ਮੂਹਰੇ ਆਪਾਂ ਅਰਦਾਸ ਕਰਨ ਜਾਂਦੇ ਹਾਂ ਮੰਗਣ ਜਾਂਦੇ ਹਾਂ ਜਦਕਿ ਆਪਾਂ ਪਰਮਾਤਮਾ ਨੂੰ ਕੁਛ ਦੇ ਨਹੀਂ ਸਕਦੇ ਦਿਖਾ ਨਹੀਂ ਸਕਦੇ। ਇਹ ਜਿਹੜੀਆਂ ਵਿਚਾਰਾਂ ਨੇ ਇਹ ਬੰਦੇ ਨੂੰ ਆਪ ਸੋਚਣੀਆਂ ਜਿਉਂਦੇ ਨੇ। ਹੁਣ ਕਈ ਵਾਰ ਅਸੀਂ ਦੇਖਿਆ ਗੁਰਦੁਆਰਾ ਸਾਹਿਬ ਜਾਂਦੇ ਨੇ ਲੋਕ ਦਰਬਾਰ ਸਾਹਿਬ ਦੇ ਮੂਹਰੇ ਜਾ ਕੇ ਗੱਡੀ ਪਾਰਕ ਕਰ ਲੈਂਦੇ ਨੇ ਮੋਟਰਸਾਈਕਲ ਲਿਜਾ ਕੇ ਪਾਰਕ ਕਰ ਲੈਂਦੇ ਨੇ ਕਿਉਂ ਕੀ ਉਹ ਵੀ ਗੱਲ ਕੀ ਦਿਖਾਉਂਦੇ ਨੇ ਪਰਮਾਤਮਾ ਨੂੰ ਸਾਡੇ ਕੋਲ ਆ ਚੀਜ਼ ਹੈ ਜਦਕਿ ਪਰਮਾਤਮਾ ਦੇਣ ਹਾਰ ਹੈ ਆਪਾਂ ਉਹਨੂੰ ਕੁਛ ਦਿਖਾ ਨਹੀਂ ਸਕਦੇ ਦੇ ਨਹੀਂ ਸਕਦੇ। ਜੇ ਆਪਾਂ ਗੁਰਦੁਆਰਾ ਸਾਹਿਬ ਜਾਣਾ ਸਾਦਾਪਣ ਲੈ ਕੇ ਜਾਓ ਆਪਦਾ ਨਿਰਮਤਾ ਨਾਲ ਜਾਓ ਕਿਉਂਕਿ ਆਪਾਂ ਉਹਦੇ ਕੋਲ ਮੰਗਣ ਜਾ ਰਹੇ ਹਾਂ ਕੁਛ ਆਪਾਂ ਦੇਣ ਨਹੀਂ ਜਾ ਰਹੇ। ਹਾਂਜੀ ਚਮਕੌਰ ਸਿੰਘ ਜੀ ਬੜੇ ਸੋਹਣੇ ਵਿਚਾਰ ਦਿੱਤੇ ਤੁਸੀਂ ਇਸ ਬਾਰੇ ਵੀ ਅਤੇ ਹੁਣ ਆਪਾਂ ਜਿਹੜਾ ਦੂਜੀ ਇੱਕ ਤੀਜੀ ਗੱਲ ਕਰਨ ਚੱਲੇ ਹਾਂ ਤੀਜਾ ਸਵਾਲ ਆ ਤੁਹਾਡੇ ਸਾਹਮਣੇ ਕਿ ਜਦੋਂ ਅਸੀਂ ਗੁਰਦੁਆਰੇ ਜਾਂਦੇ ਹਾਂ ਤਾਂ ਦੇਖਦੇ ਹਾਂ ਕਿ ਕਈ ਲੋਕਾਂ ਨੇ ਜਦੋਂ ਸੇਵਾ ਕਰ ਰਹੇ ਹੁੰਦੇ ਉਹਨਾਂ ਨੇ ਇੱਕ ਤਾਂ ਹੁੰਦਾ ਕਿ ਵੀ ਡਿਊਟੀ ਲਾ ਕੇ ਡਿਊਟੀ ਵੰਡ ਕੇ ਕਿ ਵੀ ਗ੍ਰੰਥੀ ਸਾਹਿਬ ਤੁਹਾਨੂੰ ਕਹਿ ਦਿੰਦੇ ਕਿ ਤੁਸੀਂ ਤੂੰ ਬੰਦਾ ਵੀ ਇਹ ਸੇਵਾ ਕਰ ਵੀ ਤੂੰ ਬੰਦਾ ਇਹ ਵਾਲੀ ਸੇਵਾ ਕਰ ਉਹ ਚੀਜ਼ ਤਾਂ ਹੋਏ ਦੀ ਅਲੱਗ ਪਰ ਕਈ ਬੰਦੇ ਆਪਾਂ ਦੇਖਦੇ ਹਾਂ ਕਿ ਜਾਣ ਕੇ ਕਿ ਇਹ ਝਾੜੂ ਮੇਰਾ ਇਹ ਇਹ ਵੈਪਰ ਜਿਹੜਾ ਮੇਰਾ ਠੀਕ ਹੈ ਇੰਨੀ ਜਗ੍ਹਾ 'ਤੇ ਮੈਂ ਹੀ ਸਫਾਈ ਕਰਨੀ ਹੈ ਤੂੰ ਇੱਧਰ ਨਹੀਂ ਆਉਣਾ ਇਸ ਬਾਰੇ ਤੁਹਾਡੇ ਕੀ ਵਿਚਾਰ ਨੇ? ਦੇਖੋ ਪਹਿਲਾਂ ਤਾਂ ਗੱਲ ਇਹ ਹੈ ਜੇ ਆਪਾਂ ਗੁਰੂ ਘਰ ਜਾਣਾ ਤਾਂ ਆਪਣੇ ਅੰਦਰ ਨਿਰਮਤਾ ਹੋਣੀ ਬਹੁਤ ਜ਼ਰੂਰੀ ਹੈ ਠੀਕ ਹੈ। ਜੇ ਆਪਾਂ ਗੁਰੂ ਘਰ ਜਾ ਕੇ ਆਪਣੀ ਆਕੜ ਦਿਖਾਈਏ ਆਪਣੀ ਹੋਮੇ ਦਿਖਾਈਏ ਫਿਰ ਆਪਾਂ ਨੂੰ ਜਾਣ ਦਾ ਕੋਈ ਫਾਇਦਾ ਨਹੀਂ ਕਿਉਂਕਿ ਜੇ ਸੇਵਾ ਕਰਾਂਗੇ ਤਾਂ ਆਪਣੇ ਵਿੱਚ ਨਿਰਮਤਾ ਆਊਗੀ ਜੇ ਨਿਰਮਤਾ ਆਊਗੀ ਤਾਂ ਆਪਾਂ ਸਭ ਨਾਲ ਸਾਂਝਾ ਪਿਆਰ ਵਰਤ ਸਕਦੇ ਹਾਂ ਸਭ ਨੂੰ ਭਾਈ ਭੈਣ ਕਹਿ ਸਕਦੇ। ਜਿਵੇਂ ਹੁਣ ਤੁਸੀਂ ਗੱਲ ਕਹਿੰਦੇ ਹੋ ਗੁਰਦੁਆਰਾ ਸਾਹਿਬ ਕਈ ਵਾਰ ਦੇਖਣ ਨੂੰ ਜਾਂਦਾ ਝਾੜੂਆਂ ਪਿੱਛੇ ਲੜਾਈ ਹੋਣ ਲੱਗ ਜਾਂਦੀ ਹੈ ਝਾੜੂ ਮੇਰਾ ਜੀ ਇਹ ਵਾਈਪਰ ਮੇਰਾ ਜਾਂ ਕਈ ਲੰਗਰ ਹਾਲ ਜਾਂਦੇ ਨੇ ਉੱਥੇ ਕਹਿੰਦੇ ਨੇ ਵੀ ਆਹ ਸੇਵਾ ਮੈਂ ਕਰਨੀ ਸੀ ਤੂੰ ਕਿਉਂ ਲੱਗ ਗਿਆ ਆਹ ਜਗ੍ਹਾ ਮੇਰੀ ਹੈ ਇੱਥੇ ਮੈਂ ਬਹਿਣਾ ਸੀਗਾ ਤੂੰ ਕਿਉਂ ਬਹਿ ਗਿਆ। ਇਹ ਇਹੋ ਜਿਹੀਆਂ ਚੀਜ਼ਾਂ ਮੈਂ ਨਾ ਨਹੀਂ ਰੱਖਦੇ ਉਹ ਇੱਕ ਡਿਊਟੀ ਹੋ ਜਾਂਦੀ ਆ ਬੰਦੇ ਦੀ ਵੀ ਜਿਵੇਂ ਬੰਦਾ 4 ਤੋਂ ਲੈ ਕੇ 5 ਵਜੇ ਤੱਕ ਕਿਸੇ ਕੰਮ 'ਤੇ ਗਿਆ ਜਾ ਕੇ ਮੁੜਿਆ ਆ ਉਹ ਤਾਂ ਇੱਕ ਡਿਊਟੀ ਹੋ ਗਈ ਨਾ ਸੇਵਾ ਦਾ ਇਹ ਭਾਵਨਾ ਹੁੰਦਾ ਜੇ ਬੰਦੇ ਨੂੰ ਕੋਈ ਵੀ ਕਿਤੇ ਵੀ ਸੇਵਾ ਮਿਲਦੀ ਆ ਜਿਹੜਾ ਬੰਦਾ ਨਿਰਮਤ ਵਾਲਾ ਹੁੰਦਾ ਉਹ ਬੰਦਾ ਉੱਥੇ ਜਾ ਕੇ ਸੇਵਾ ਕਰਨ ਲੱਗ ਜਾਂਦਾ ਲੰਗਰ ਹਾਰ ਲਾ ਲਓ ਜਾਂ ਜੁੱਤੇ ਘਰ ਲਾ ਲਓ ਜਾਂ ਡੂਡੀ 'ਚ ਲਾ ਲਓ ਜੋ ਵੀ ਕਿਸੇ ਨੂੰ ਕਿਸੇ ਤਰ੍ਹਾਂ ਦੀ ਸੇਵਾ ਮਿਲਦੀ ਆ ਜਿਹੜਾ ਕਰਨੇ ਵਾਲਾ ਹੁੰਦਾ ਉਹ ਕਰਨ ਲੱਗ ਜਾਂਦਾ ਅਤੇ ਜਿਹੜਾ ਆਕੜ ਬੰਨਾ ਹੁੰਦਾ ਉਹਨੂੰ ਇਹ ਹੁੰਦਾ ਵੀ ਮੈਂ ਜਾ ਕੇ ਝਾੜੂ ਖੋਵਾਂ ਮੈਂ ਜਾ ਕੇ ਵੈਪਰ ਖੋਵਾਂ ਜਾਂ ਮੈਂ ਜੋੜੇ ਘਰ 'ਚ ਜਾ ਕੇ ਕਾਊਂਟਰ 'ਤੇ ਖੜ੍ਹਾਂ ਤੋ ਇਹ ਜਿਹੀਆਂ ਗੱਲਾਂ ਗੁਰੂ ਘਰ ਜਾ ਕੇ ਨਹੀਂ ਕਰਨੇ ਚਾਹੀਦੇ ਕਿਉਂਕਿ ਇਹ ਕੋਈ ਮਾਇਨਾ ਨਹੀਂ ਰੱਖਦੀ। ਸਹੀ ਗੱਲ ਦੋਸਤੋ ਕਿ ਜਿਵੇਂ ਗੁਰਬਾਣੀ ਦੇ ਵਿੱਚ ਲਿਖਿਆ ਕਿ ਵੀ ਸੇਵਾ ਵੀ ਕਿਸੇ ਨੂੰ ਮਤਲਬ ਕਰਮਾਂ ਵਾਲੇ ਨੂੰ ਮਿਲਦੀ ਹੈ। ਹਾਂਜੀ ਦੋਸਤੋ ਅਤੇ ਹੁਣ ਇਹ ਵੀ ਬੜੇ ਸੋਹਣਾ ਵਿਚਾਰ ਸੀਗਾ ਪੇਸ਼ ਕੀਤਾ ਇਹਨਾਂ ਨੇ ਅਤੇ ਹੁਣ ਜਿਹੜਾ ਚੌਥਾ ਸਵਾਲ ਅਗਲਾ ਸਵਾਲ ਹੈ ਅਤੇ ਉਹਦੇ ਵਿੱਚ ਆਪਾਂ ਜਿਹੜੀ ਗੱਲ ਕਰਾਂਗੇ ਕਿ ਜਦੋਂ ਹੁਣ ਮੈਂ ਰੋਜ਼ ਸ਼ਾਮ ਨੂੰ ਮੈਂ ਆਪਣੇ ਪਿੰਡ ਵਾਲੇ ਗੁਰਦੁਆਰਾ ਸਾਹਿਬ ਜਾਂਦਾ ਤਾਂ ਮੈਂ ਉੱਥੇ ਦੇਖਦਾ ਕਿ ਜਿਹੜੀ ਮੇਰੀ ਉਮਰ ਦੇ ਲੋਕ ਨੇ ਇੱਕ ਤਾਂ ਇੱਥੇ ਸਿਰਫ 5-7 ਜਿਹੜੇ ਹੁੰਦੇ ਨੇ ਜਵਾਕ ਹੁੰਦੇ ਨੇ ਛੋਟੇ ਛੋਟੇ ਜਿਵੇਂ ਜਿਨ੍ਹਾਂ ਦੀ ਉਮਰ ਹੁੰਦੀ ਹੈ ਘੱਟੋ ਘੱਟ 4-5 ਸਾਲ ਹੋ ਗਈ ਜਾਂ ਹੱਦ 10 ਸਾਲ ਤੋਂ ਥੱਲੇ ਲਾ ਲਓ ਤੁਸੀਂ 10 ਸਾਲ ਤੋਂ ਥੱਲੇ ਅਤੇ ਉੱਪਰ ਉਹ ਲਾ ਲਓ ਤੁਸੀਂ ਉੱਥੇ ਜ਼ਿਆਦਾਤਰ ਬਜ਼ੁਰਗ ਬੈਠੇ ਹੁੰਦੇ ਨੇ ਮੇਰੀ ਉਮਰ ਦਾ ਚਲੋ ਮੈਂ ਉਂਝ ਉਹ ਨਹੀਂ ਕਹਿੰਦਾ ਹੈਗਾ ਕਿ ਵੀ ਪਰ ਮੈਂ ਉੱਥੇ ਜਾ ਕੇ ਦੇਖਦਾ ਕਿ ਚਮਕੌਰ ਸਿੰਘ ਜੀ ਕੋਈ ਵੀ ਨੌਜਵਾਨ ਮੁੰਡਾ
ਜਾਂ ਨੌਜਵਾਨ ਕੋਈ ਆਪਣੀ ਕੁੜੀ ਕੋਈ ਨਹੀਂ ਉੱਥੇ ਗੁਰਦੁਆਰੇ ਸਾਹਿਬ ਸ਼ਾਮ ਨੂੰ ਆਉਂਦੀ, ਹੋ ਸਕਦਾ ਸਵੇਰੇ ਆਉਂਦੇ ਹੁਣ ਆਪਾਂ ਕਹਿ ਨਹੀਂ ਸਕਦੇ, ਪਰ ਕਿਉਂਕਿ ਮੈਨੂੰ ਸ਼ਾਮ ਨੂੰ ਟਾਈਮ ਮਿਲਦਾ ਮੈਂ ਸ਼ਾਮ ਨੂੰ ਜਾਂਦਾ ਜੀ, ਮੈਨੂੰ ਸਵੇਰੇ ਟਾਈਮ ਨਹੀਂ ਮਿਲਦਾ, ਚਲੋ ਆਪਾਂ ਉਹ ਅਲੱਗ ਗੱਲ ਹੈ, ਪਰ ਆਪਾਂ ਇਸ ਚੀਜ਼ ਨੂੰ ਕੀ ਆਪਾਂ ਦੇਖ ਸਕਦੇ ਹਾਂ ਕਿ ਨੌਜਵਾਨ ਪੀੜ੍ਹੀ ਹੈ ਜਿਹੜੀ ਗੁਰਦੁਆਰੇ ਦੇ ਮਤਲਬ ਉੱਥੋਂ ਦੀ ਭੱਜਦੀ ਜਾ ਰਹੀ ਹੈ ਜਾਂ ਉਹਨਾਂ ਨੂੰ ਉਹਨਾਂ ਦੇ ਨੇੜੇ ਨਹੀਂ ਲਗਾਇਆ ਜਾ ਰਿਹਾ? ਦੇਖੋ, ਸਭ ਤੋਂ ਜਿਹੜਾ ਮੇਨ ਕਾਰਨ ਆ ਉਹ ਹੈਗਾ ਅੱਜ ਕੱਲ੍ਹ ਦਾ ਮੋਬਾਇਲ, ਕਿਉਂਕਿ ਤੁਸੀਂ ਹਰੇਕ ਦੇ ਹੱਥ 'ਚ ਦੇਖਦੇ ਹੋ ਮੋਬਾਇਲ ਹੁੰਦਾ, ਵਟਸਐਪ 'ਤੇ ਲੱਗਿਆ ਕੋਈ, ਫੇਸਬੁੱਕ 'ਤੇ ਕੋਈ, ਚੈਟ 'ਤੇ ਕੋਈ, ਕਿਵੇਂ ਇਹਦਾ ਕਾਰਨ ਇਹ ਹੈ ਵੀ ਅੱਜ ਕੱਲ੍ਹ ਲੋਕਾਂ ਕੋਲ ਇੰਨਾ ਟਾਈਮ ਨਹੀਂ ਹੁੰਦਾ, ਕਿਉਂਕਿ ਅੱਜ ਕੱਲ੍ਹ ਦੀ ਜਿਹੜੀ ਜਵਾਨੀ ਆ 90% ਲੋਕ ਮੋਬਾਈਲ ਨਾਲ ਜੁੜੇ ਹੁੰਦੇ ਨੇ, ਹਰੇਕ ਨੂੰ ਹੁੰਦਾ ਵੀ ਮੇਰੇ ਕੋਲ ਘੰਟਾ ਅੱਧਾ ਘੰਟਾ ਹੋ ਗਿਆ ਮੈਂ ਕਿਸੇ ਨਾਲ ਚੈਟ ਕਰ ਲਾਂ ਜਾਂ ਯੂਟਿਊਬ 'ਤੇ ਕੋਈ ਵੀਡੀਓ ਦੇਖ ਲਾਂ। ਸੋ ਇਹ ਲੋਕਾਂ ਦੀ ਅੱਜ ਕੱਲ੍ਹ ਦੀ ਸੋਚਣੀ ਬਣੀ ਹੋਈ ਆ। ਉਹਦੇ ਵਿੱਚੋਂ 10% ਜਿਹੜੇ ਮੁੰਡੇ ਹੁੰਦੇ ਨੇ ਉਹਨਾਂ ਨੇ ਆਪਣੀ ਜਿਹੜੀ ਭਾਵਨਾ ਜਾਣੀ ਹੁੰਦੀ ਆ ਉਹ ਜ਼ਰੂਰ ਜਾਂਦੇ ਨੇ, ਕਈ ਸਵੇਰੇ ਜਾਂਦੇ ਨੇ, ਕੋਈ ਸ਼ਾਮ ਨੂੰ ਜਾਂਦੇ ਨੇ, ਅਤੇ ਜਿਹੜੇ ਬੰਦੇ ਨੇ ਉੱਥੇ ਨਿਰਮਤਾ ਜਾ ਕੇ ਆਪਣੀ ਸੇਵਾ ਕਰਨੀ ਹੁੰਦੀ ਉਹ ਆਪਣਾ ਟਾਈਮ ਕੱਢ ਕੇ ਜ਼ਰੂਰ ਜਾਂਦੇ ਨੇ। ਅਤੇ ਚਮਕੌਰ ਸਿੰਘ, ਇੱਕ ਚੀਜ਼ ਮੈਂ ਹੋਰ ਦੇਖੀ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਹੁਣ ਆਪਣਾ ਮੋਬਾਈਲ ਹੈ ਜੀ, ਠੀਕ ਹੈ, ਆਪਾਂ ਇਸ 'ਤੇ ਜੂਠੇ ਹੱਥ ਲੱਗਦੇ ਹਾਂ, ਬੜਾ ਕੁਛ ਲੱਗ ਜਾਂਦਾ ਜੀ, ਠੀਕ ਹੈ ਜੀ, ਬੜਾ ਕੁਛ ਆਪਾਂ ਕਰਦੇ ਹਾਂ। ਅਤੇ ਇਹਦੇ ਵਿੱਚ ਜਦੋਂ ਆਪਾਂ ਗੁਰਦੁਆਰਾ ਸਾਹਿਬ ਜਾਂਦੇ ਹਾਂ ਜੀ, ਮੈਂ ਕਈ ਲੋਕ ਦੇਖਦਾ ਕਿ ਮੋਬਾਈਲ ਦੇ ਵਿੱਚ, ਜਦਕਿ ਗੁਰਦੁਆਰਾ ਸਾਹਿਬ ਦੇ ਵਿੱਚ ਗੁਟਕਾ ਸਾਹਿਬ ਪਏ ਹੁੰਦੇ ਨੇ, ਸਾਰਾ ਕੁਝ ਪਿਆ ਹੁੰਦਾ, ਜੇ ਕਿਸੇ ਨੇ ਪਾਠ ਕਰਨਾ ਉੱਥੋਂ ਪੜ੍ਹ ਕੇ ਹੀ ਕਰ ਸਕਦਾ, ਤਾਂ ਮੈਂ ਕਈ ਜਣੇ ਦੇਖਦਾ ਕਿ ਮੋਬਾਈਲ ਦੇ ਵਿੱਚੋਂ ਉਹਦੀ ਜਾਣ ਕੇ ਮਤਲਬ ਦਿਖਾਵਾ ਕਰਕੇ ਧਿਆਨ ਇੱਧਰ ਉੱਧਰ ਵੀ ਹੈ ਕਿ ਕੌਣ ਮੇਰੇ ਵੱਲ ਦੇਖ ਰਿਹਾ, ਕਿ ਮੈਂ ਫੋਨ 'ਚੋਂ ਪਾਠ ਕਰ ਰਿਹਾ ਕਰ ਰਹੀ ਹਾਂ ਜਾਂ ਕੁਛ ਵੀ ਹੈ। ਇਸ ਬਾਰੇ ਤੁਹਾਡੇ ਕੀ ਵਿਚਾਰ ਨੇ? ਦੇਖੋ, ਆਪਾਂ ਗੁਰੂ ਘਰ ਜਾਂਦੇ ਹੁੰਦੇ ਹਾਂ ਆਪਣੇ ਮਨ ਦੀ ਸ਼ਾਂਤੀ ਕਰਨ ਜਾਂ ਆਪਣੇ ਸੁੱਖ ਦੁੱਖ ਸਾਂਝੇ ਕਰਨ। ਮੋਬਾਈਲ ਨੂੰ ਆਪਾਂ ਘਰ ਵੀ ਜ਼ਰੂਰ ਯੂਜ਼ ਕਰ ਸਕਦੇ ਹਾਂ, ਦਫ਼ਤਰ ਵੀ ਕਰ ਲੈਂਦੇ ਹਾਂ, ਜਾਂਦੇ ਜਾਂਦੇ ਗੱਡੀ ਹੁੰਦੀ ਹੈਗੀ, ਬੱਸਾਂ ਯੂਜ਼ ਕਰ ਲੈਂਦੇ ਹਾਂ। ਉਹ ਗੁਟਕਾ ਸਾਹਿਬ ਦੇ ਜਿਹੜੇ ਸ਼ਬਦ ਹੁੰਦੇ ਨੇ ਸਤਿਕਾਰ ਤਾਂ ਆਪਾਂ ਉੱਥੇ ਹੀ ਦੇ ਸਕਦੇ, ਮੋਬਾਈਲ ਤੋਂ ਆਪਾਂ ਨਹੀਂ ਸਤਿਕਾਰ ਦੇ ਸਕਦੇ। ਉੱਥੇ ਕਿ ਜਾ ਕੇ ਦਿਖਾਵਾ ਵੀ ਕਰ ਸਕਦੇ, ਮੈਂ ਪਾਠ ਕਰ ਰਿਹਾ ਮੋਬਾਈਲ 'ਤੇ ਜਾਂ ਮੈਂ ਗੁਰਬਾਣੀ ਪੜ੍ਹ ਰਿਹਾ, ਪਰ ਜਿਹੜਾ ਸਤਿਕਾਰ ਆਪਾਂ ਗੁਟਕਾ ਸਾਹਿਬ ਤੋਂ ਦੇਖ ਕੇ ਦੇ ਸਕਦੇ ਉਹ ਮੋਬਾਈਲ ਤੋਂ ਨਹੀਂ ਦੇ ਸਕਦੇ। ਬਿਲਕੁਲ ਸਹੀ ਕਿਹਾ ਤੁਸੀਂ ਚੰਗੋਰ ਸਿੰਘ ਜੀ। ਅਤੇ ਇਹ ਸੀਗੇ ਸਾਡੇ ਕੁਝ ਮਸਲੇ ਜਿਹੜੇ ਪੰਜਾਬ ਦੇ ਵਿੱਚ ਗੁਰਦੁਆਰਿਆਂ ਸਾਹਿਬ ਨੂੰ ਲੈ ਕੇ ਸੀਗੇ। ਅਤੇ ਹੁਣ ਆਪਾਂ ਇਹ ਵੀਡੀਓ 'ਚ ਤੁਸੀਂ ਕਮੈਂਟ ਕਰਕੇ ਤੁਸੀਂ ਆਪਣੇ ਵਿਚਾਰ ਵੀ ਪੇਸ਼ ਕਰ ਸਕਦੇ ਹੋ ਕਿ ਅਸੀਂ ਪੰਜਾਬ ਦੇ ਹੋਰ ਜਿਹੜੇ ਕਈ ਮਸਲੇ ਨੇ ਕਿ ਅਸੀਂ ਉਹਨਾਂ 'ਤੇ ਕਿਹੜੀ ਵੀਡੀਓ ਬਣਾਈਏ, ਤਾਂ ਸਾਡੇ ਨਾਲ ਕਈ ਬੰਦਿਆਂ ਦਾ ਜਿਹੜੇ ਬੁੱਧੀਜੀਵੀ ਨੇ ਸਿੱਖ ਉਹਨਾਂ ਨਾਲ ਕੰਟੈਕਟ ਵੀ ਹੋਇਆ, ਉਹ ਵੀ ਸਾਡੇ ਚੈਨਲ 'ਤੇ ਆਉਣਗੇ, ਤਾਂ ਉਹਨਾਂ ਦੀ ਵੀ ਆਪਾਂ ਐਵੇਂ ਹੀ ਵਿਚਾਰਧਾਰਾਵਾਂ ਜਿਹੜੀਆਂ ਪੰਜਾਬ ਦੇ ਅਲੱਗ ਅਲੱਗ ਮਸਲੇ ਨੇ ਉਹਨਾਂ ਦੇ ਬਾਰੇ ਪੇਸ਼ਕਾਰੀ ਕਰਾਂਗੇ। ਅਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ ਕਿ ਪੰਜਾਬ ਦੇ ਵਿੱਚ ਕਿਹੜੇ ਮਸਲੇ ਨੇ ਕਿ ਆਪਾਂ ਉਹਨਾਂ ਦਾ ਮੁੱਦਾ ਚੱਕ ਸਕੀਏ ਤਾਂ ਜੋ ਲੋਕ ਜਿਹੜੇ ਨੇ ਅਵੇਅਰ ਹੋ ਸਕਣ। ਅਤੇ ਦੋਸਤੋ, ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ।